ਕਬੱਡੀ ਪਾਉਣ ਦਾ ਸ਼ਾਇਦ ਦੇਖੋ ਦੇਖ ਰਹੇ ਹੋ ਚੁੱਕੇ ਕਬੱਡੀ ਪਾਈ ਹੈ ਚੁੱਕਿਆ ਇਸ ਲਈ ਇਹ ਕਬੱਡੀ
ਕਬੱਡੀ ਦਾ ਸਟਾਈਲ ਹੈ, ਈਦ ਨਹੀਂ ਹੁੰਦੀ ਕੋਈ ਹਾਰ ਨਹੀਂ ਹੁੰਦੀ ਆਉਂਦੀਆਂ ਨੇ, ਪਰ ਪੰਜਾਬੀ ਕਬੱਡੀ ਦਾ ਜਿਹੜਾ ਸਟਾਈਲ ਹੈ ਬਾਹਰ ਸਿੱਖ ਸਰਦਾਰ ਬਾਹਰ ਹੋ ਜਾਂਦਾ ਹੈ। ਕਮਾਲ ਕਰ ਪਾਵੇ ਖੇਡ ਕਮਾਲ ਦੇ ਵਿੱਚ ਬੰਦੇ ਬੰਦੇ ਕਬੱਡੀ ਪਰ ਧਾਗੀ ਬਹੁਤ ਹੀ ਫੁਰਤੀ ਦਾ ਰੋਲ ਜਾਂਦਾ ਹੈ, ਧਾਗੀ ਬੜਾ ਫੁਰਤੀ ਦਾ ਹੈ। ਇੰਨੀ ਦੌੜਿਆਂ ਦੀ ਆਨ ਸਭ ਦਈ ਦਾ ਕਫਾਲ, ਇੰਨੀ ਦੌੜਿਆਂ ਦੀ ਆਨ ਸਭ ਦਈ ਦਾ ਕਫਾਲ, ਬੱਦਲ ਤੋਂ ਗੁਜ਼ਰੇ ਹੋ ਗੱਜ ਦੇ ਜਿੱਥੋਂ ਲੰਗੀ ਦਾ ਲੰਗੀ ਲੈ ਜਿਹੜੀ ਲੋਕੀ ਲੋਕੀ ਨਾਲ ਛੱਡਦੀ ਕਬੱਡੀ ਦੇ ਬਰਾਦਰ ਵਿੱਚ ਲਹਿਰਾਂ ਟੁੱਟਦੀ ਹੈ। ਸਾਹਮਣੇ ਕਬੱਡੀ ਪਾਉਣਾ ਹੋ ਗਿਆ ਸਿੱਖ ਸਰਦਾਰ ਕਾਹੂ, ਤੇਜ਼ ਬੜਾ ਪਾ ਗਿਆ ਰਫਤਾਰ ਬੜ ਗਿਆ ਹੈ ਕਿ ਮੇਰੇ ਵੀ ਉਹ ਤੇਜ਼ ਮਾਰਦਾ ਤੇ ਕੱਟਣਾ ਰੁਮਾਲ ਦੇ ਗਏ ਕਬੱਡੀ ਕਿਉਂਕਿ ਕਬੱਡੀ ਦਾ ਵੀ ਹਰ ਮਤਲਬ ਪਿਆਰੇ ਖਿਡਾਰੀ ਬਣ ਰਹੇ ਸਵਾਜਾ ਨੇ ਜੇ ਮਿਹਨਤ ਦੇਸ਼ ਦੇ ਲਈ ਪਿਆਰੇ ਰੱਖੀ ਔਰ ਸਭ ਨੇ ਪਹਿਨੀ ਹੋਈ ਕਬੱਡੀ ਹੈ ਔਰ ਹਰਮਨ ਵੀ ਪਿਆਰ ਜਾ ਵੀ ਰੇਸ਼ਮਾ ਨਾਲ ਵਧਣੀ ਵਾਲਾ ਜਾ ਵੀ ਗੱਜੀ ਦੇ ਕੋਲ ਹੈ ਇਹੋ ਜਿਹਾ ਕਮਾਲ ਵਧਣੀ ਪਿੰਡ ਵਾਲਾ ਜਾ ਰੇਸ਼ਮ ਉਹ ਹੱਥ ਨਾਲ ਨਾਲ ਵਧਣੀ ਪਿੰਡ ਨਾਲ ਹੋ ਜਾਂਦੇ ਕੋਸ਼ਿਸ਼ ਕੀਤੀ ਪਰ ਡਬਲ ਡੱਕ ਹੋ ਗਿਆ ਹੈ ਰਮਾਲ ਦਾ ਕਿਹੜੀ ਟੀਮ ਦੇ ਵਿੱਚ ਨਾ
ਜਾਂਦੇ ਨੇ ਕਬੱਡੀ ਦੇ ਮੈਦਾਨ ਤੇ ਜਾ ਕੇ ਲੜਾਈ ਦੇ ਨਾਲ ਮੀਨਿੰਗਾਂ ਦੇ ਨਾਲ ਹੋਣਾ ਮੀਨਿੰਗ ਦੇ ਨਹੀਂ ਹਾਰੇਗਾ ਚੰਗੀ ਕਿਸਮਤ ਵਾਲਾ ਟਾਸ ਜਿੱਤ ਕੇ ਲੈ ਗਿਆ ਕਣੀ ਵਾਲੇ ਦੀ ਵੀ ਪਾ ਕੇ ਬਹਿ ਗਿਆ ਜਾਣ ਵਾਲੇ ਦੀ ਵੀ ਕਰਤੀ ਕਮਾਲ ਮਿੱਤਰੂ ਜਾਫੀ ਦੇ ਹਿੱਸੇ ਜੁੜ ਲੱਗੇ ਆ ਵੀ ਕੰਘੀ ਹੋ ਗਿਆ ਹੈ।
ਕਬੱਡੀ ਕੁਝ ਪਾਉਣ ਲਈ ਕੋਈ ਘੋੜਾ ਪੈਂਦਾ ਏ, ਕੁਝ ਪਾਉਣ ਲਈ ਕੁਝ ਘੋੜਾ ਪੈਂਦਾ ਏ, ਉੱਤੇ ਹੋਣ ਲਈ ਨੀਵੇਂ ਹੋਣਾ ਪੈਂਦਾ ਏ। ਸਾਖਾ ਦੁਨੀਆਂ ਤੇ ਨਾਮ ਬਣਾਇਆ ਨਹੀਂ ਜਾਂਦਾ, ਕਿਉਂਕਿ ਆਪਣੇ ਨਗਰ ਵਿੱਚ ਬਹੁਤ ਸੋਹਣਾ ਟੂਰਨਾਮੈਂਟ ਕਰਾਉਂਦੇ ਹੈ, ਸਾਹਮਣੇ ਕੋਲ ਵਾਲਾ ਦੋਹਾਂ ਦੋਹਾਂ ਕਰ ਲਵੇ ਔਰ ਰਾਵੀ ਕੈਂਚੀ ਮਾਰ ਦਿੱਤੀ ਹੈ। ਬਾਹਰ ਹੋ ਗਿਆ ਤਾਂ ਬਹੁਤ ਹੀ ਤਕੜਾ ਜਾਫੀ ਹੈ ਮੇਰੀ ਵੀਰੋ, ਬੰਦੇ ਉੱਪਰ ਬੰਦੇ ਨੇ ਆਪੀ ਕੋਲ ਪਿੰਡ ਦਾ ਗੋਹਾ ਅਸਲ ਬਹੁਤ ਹੀ ਤਕੜਾ ਜਫਾ ਆ ਕੇ ਹਰ ਕਹਿਦੇ ਦੀ ਟੀਮ ਦੇ ਗੋਹਾ ਲੱਗੇ ਕਹਿਦੇ ਦੀ ਟੀਮ ਨੇ ਵੀ ਨੰਬਰ ਕਾਫੀ ਪਾਏ ਕਿਸੇ ਦੇ ਸਿਰ ਔਰ ਬੰਦਰੀ ਦੀ ਟੀਮ ਨੇ ਬੜਾ ਤਕੜਾ ਖੇਡੀ ਔਰ ਬਹੁਤ ਹੀ ਸੋਹਣਾ ਹੈ ਕਬੱਡੀ ਦੇ ਮੈਦਾਨਾਂ ਵਿੱਚ ਖੇਡਿਆ ਜਾ ਰਿਹਾ ਹੈ। ਕਾਫੀ ਹੋ ਗਿਆ ਤਾਂ ਕਬੱਡੀ ਖੇਡ ਖਾਲ ਦੇ ਹੋ ਬਹੁਤ ਹੀ ਵਧੀਆ ਜਾਫੀ ਹੈ ਔਰ ਰਾਤ ਕੇ ਕਿੰਨੀ ਮਾਰ ਕੇ ਔਰ ਦਸੇ ਵੀ ਸਾਡੀ ਟੀਮ ਨੇ ਫੈਸਲਾ ਦਿੱਤਾ ਹੈ ਸਮਾਪਤ ਦਾ ਦੱਸ ਵੀ ਹੋ ਜਾਂਦਾ ਕਿਹੜੀ ਟੀਮ ਫਿਰ ਕਹਿ ਰਹੇ ਅੱਜ ਵੀ ਬੈਟ ਦਾ ਸ਼ੁਰੂ ਹੋਣ ਜਾ ਰਿਹਾ ਕੋਲੀਆ ਸੌਰੀ ਦਿਆਲਪਾਲ ਦੇ ਵੀ ਨਹੀਂ ਟੀਮਾਂ ਦੇ ਦਰਮਿਆਨ ਮੈਚ ਹੋਣਾ ਦੋਨੇ ਟੀਮਾਂ ਕਬੱਡੀ ਦੇ ਬਰਾਬਰ ਵੀ ਜਾਣ ਦੇ ਨਾਲ ਵੀ ਹਰ ਬਰ ਸਾਡਾ ਵੀ ਅਗਲੀ ਕਬੱਡੀ ਦੀ ਬਾਤ ਪਾਉਂਦੇ ਗਏ ਕਬੱਡੀ ਟੂਰਨਾਮੈਂਟ ਦੇ ਔਰ ਨਾਲ ਵੀ ਟੀਮ ਤਖਤਪੁਰ ਔਰ ਮੈਡ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਜਨਾਬ ਪਿੰਡ ਨਾਮ ਹੈ ਇਸ ਗੱਭਰੂ ਦਾ
ਔਰ ਫਿਰ ਧਰਤੀ ਮਾਂ ਨੂੰ ਮੱਥਾ ਕਿ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਵੇਖ ਕੇ ਖੇਡ ਦੇ ਮੈਦਾਨ ਵਿੱਚ ਪੁਆਇੰਟ ਵੇਖ ਕੇ ਹਿੱਸੇ ਜੁੜਦਾ ਹੋਇਆ
ਸੌਖਾ ਨੀ ਕਬੱਡੀ ਦਾ ਸਟਾਰ ਮਿੱਤਰੋ ਸਾਰਵਾਨਾ ਕਬੱਡੀ ਗਾਰਡਨ ਮੀਂਹ ਹੈ ਪਰ ਇਸ ਪਾਸੇ ਨੌਜਵਾਨ ਕਰੂ ਅਨੇ ਕਬੱਡੀ ਬਾਉਂਡਰੀ ਖੇਡਣ ਦੇ ਨਾਲ ਜੋੜਿਆ ਹੋਇਆ ਹੈ ਰੱਖ ਫੜਿਆ ਹੈ ਜੱਸੀ ਨੂੰ ਫੀਲ ਕੀਤੀ ਹੈ ਪਰ ਨਹੀਂ ਕੋ ਮਾਰਦਾ ਤੇ ਪੁਆਇੰਟ ਜਾਫੀ ਦੇ ਹਿੱਸੇ ਜੁੜਿਆ ਹੈ ਪੁਆਇੰਟ ਜਾਫੀ ਦਾ ਜਾਨੀ ਨੌਜਵਾਨ ਹੈ ਆ ਸੋਹਣੇ ਕਬੱਡੀ ਮੱਖਣ ਦੇ ਰਹੇ ਹੋ ਅਨੇ ਕਬੱਡੀ ਬਾਉਂਡਰੀ ਲਈ ਬਾਤ ਹੋ ਗਿਆ ਇਸੇ ਏਰੀਆ ਦਾ ਕਹਿੰਦੇ ਵੀ ਮੱਖਣ ਸਾਹਿਬ ਦੇ ਪਿੰਡ ਦਾ ਸੁਪਰ ਸਟਾਰ ਹੈ ਦੁਨੀਆ ਮੰਨਦੀ ਹੈ ਇਸ ਨੌਜਵਾਨ ਨੂੰ ਜੋ ਉਸ ਦਾ ਸਿਨਾਮੀ ਖੇਡ ਦੇ ਨਾਲ ਵਿੱਚ ਕਬੱਡੀ ਪਾਉਂਦੇ ਲਈ ਬੜ ਹੋਇਆ ਮੈਨੂੰ ਪਹਿਲਾ ਸਾਡਾ ਵੱਡਾ ਵੀਰ ਤਾਰੀ ਨਾਲ ਸਾਡਾ ਵੀਰ ਸਤਪਾਲ ਜਿਹੜਾ ਹਰਿੰਦਰ ਦਤਾਉਂ ਜੀ ਤੇ ਮੇਰੇ ਵੀਰ ਸਹਿਦੋ ਦੀ ਧਰਤੀ ਦਾ ਸਾਡਾ ਵੀਰ ਬਿੱਟੂ ਅਮਨ ਜਨਾਬ ਜੀ ਉਹ ਵੀ ਵਿਸ਼ੇਸ਼ ਤੌਰ ਤੇ ਵੱਡੀਆਂ ਸੇਵਾ ਬਦਲਣਗੇ ਕੱਲ੍ਹ ਦੇ ਦਿਨ ਇਧਰਲੇ ਪਾਸੇ ਦੇਖਣਾ ਕਿ ਅਗਲੀ ਕਬੱਡੀ ਅਮਨ ਫਿਰ ਪਾਉਂਦੇ ਲਈ ਖੇਡ ਦੇ ਮੈਦਾਨ ਵਿੱਚ ਬੜ ਹੋਇਆ ਜਾਲ ਦਾ ਸੀ ਤਿਆਰ ਨੇ ਹੁਣ ਦੇਖਣਾ ਕਿ ਕਿਹੜਾ ਨੌਜਵਾਨ ਲੱਗੀ ਲੱਗਦਾ ਹੈ ਕਿਹੜਾ ਗੁੱਟ ਫੜਦਾ ਹੈ ਕਿਹੜਾ ਮੂਹਰੇ ਹੋ ਕੇ ਕਾਲਾ ਹੈ ਆਪਣੀ ਟੀਮ ਦੇ ਲਈ ਲੱਖਾਂ ਵਰਗਾ ਪੁਆਇੰਟ ਜੋੜਦਾ ਹੈ ਲੱਗ ਫੜਿਆ ਨੌਜਵਾਨ ਗਰਮ ਨੇ ਵੇਖਿਓ ਔਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜਾਨੀ ਨੌਜਵਾਨ ਹੈ ਆਹ ਸੁਣੇ ਕਬੱਡੀ ਅੱਜ ਪਿਆਰ ਪ੍ਰਗਟਵਾਉਣ ਨੂੰ ਫੇਰ ਬੇਨਤੀ ਕਰਦੇ ਆ ਕੋਈ ਅੰਤਰ ਨਾ ਗਿਆ ਹੋਰ ਫੇਰ ਬੇਨਾਮ ਕਰਾਉਗਾ ਆਪਣੇ ਨਿਮਾ ਦਾ ਵੇਟ ਲਾ ਲਓ ਕਿੰਨਾ ਕਿ ਲਾ ਲਈ ਤਾਨੀ ਇਹ ਤੇਰਾ ਘਰ ਪਾਣੀ ਦੀ ਟੈਂਕੀ ਮੈਂ ਖੜਿਆ ਹੋ ਗਿਆ ਕੰਨਾ ਵੇਟ ਮੈਂ ਛਾੜਿਆ ਉੱਥੇ ਹਾਜ਼ਰਾ ਕਿਰਪਾ ਕਰਕੇ ਜਲਦੀ ਤੋਂ ਪਹਿਲਾਂ ਵੇਟ ਕਰਾਂਗੇ ਫੇਰਾਂ ਦਾ ਟਾਂਗਾ ਕਰਨ ਜਿਹੜਾ ਨਿਮਾ ਦਾ ਰੋਇਟ ਕਰਾਉਣਾ ਮੈਂ ਸੋਨਾ ਦਾ ਟਾਂਗਾ ਕਰਨਾ ਲੱਗੇ ਆਪਣੇ ਤੋਂ ਕਰਾਂਗਾ ਖੇਡ ਦੇ ਮੈਦਾਨ ਵਿੱਚ ਅਮਨ ਵੇਖ ਕੇ ਉਸੇ ਕਬੱਡੀ ਪਾਉਣ ਦੇ ਲਈ ਵਾਧੇ ਹੋ ਗਿਆ ਲੋਕਾਂ ਨੇ ਇਹਨਾਂ ਦੀ ਜ਼ਰੂਰ ਨੇ ਪੱਖਾ ਜਾਂ ਧਾਰ ਮਾਰੇ ਤੇ ਪੁਆਇੰਟ ਮਿਲ ਗਈ ਉਹ ਅੱਧਾ ਟੱਚ ਮਾਰੇ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਜਦ ਵੀ ਨੌਜਵਾਨ ਹੈ ਆ ਸੋਹਣੀ ਕਬੱਡੀ ਕਿ ਮੱਥਾ ਟੇਕਿਆ ਮੋਢੇ ਤੇ ਹੱਥ ਜੋੜੇ ਨਾਲੇ ਲੱਗੇ ਰੱਬ ਨੂੰ ਧਿਆਉ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਕਿ ਧਾਰੀ ਚੱਲਿਆ ਕਬੱਡੀਆਂ ਪਾਉ ਲੋਕੋ ਸਾਡੀ ਮਾਂ ਮਿੱਟੀ ਨੇ ਜੰਮਿਆ ਪੁੱਤ ਹੀਰਾ ਇਹਨੇ ਝੁੱਕ ਜੂ ਪੰਜਾਬੀਆਂ ਦੀ ਧੌਣ ਵੀ ਕਰੋ ਲੋ ਖੇਡ ਦੇ ਮਾਲ ਵਿੱਚ ਹੌਸਲੇ ਨਾਲ ਟੱਚ ਮਾਰਿਆ ਤੇ ਪੁਆਇੰਟ ਮਿਲ ਗਿਓ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਬਾਹ ਸੋਹਣਿਆ ਪਾ ਗੱਭਰੂ ਕਬੱਡੀ ਅੱਜ ਕਬੱਡੀ ਮੇਰੀ ਵੀ ਪੂਰੀ ਦੁਨੀਆ ਦੇ ਵਿੱਚ ਫੇਮਸ ਹੈ ਮਾਂ ਖੇਡ ਹੈ ਪੰਜਾਬੀਆਂ ਦੇ ਖੂਨ ਦੇ ਵਿੱਚ ਰੰਗੀ ਹੋਈ ਖੇਡ ਹੈ ਇਹ ਪਰਦੇਸਾਂ ਤੋਂ ਆਉਂਦੇ ਨੇ ਪ੍ਰਵਾਸੀ ਜੀਵੇ ਮਾਂ ਖੇਡ ਕਬੱਡੀ ਨਾਲ ਇਸ ਨੂੰ ਕਮਾਉਣ ਦੇ ਲਈ ਜਿਹੜੇ ਨਹੀਂ ਹੁੰਦੇ ਉਹ ਪੈਸੇ ਭੇਜਦੇ ਨੇ ਮਾਂ ਖੇਡ ਕਬੱਡੀ ਦਾ ਕਾਰਜ ਚਲਾਉਣ ਦੇ ਲਈ ਅੱਜ ਮੇਰੇ ਕੋਲ ਮਾਂ ਖੇਡ ਕਬੱਡੀ ਦਾ ਕਾਰਜ ਚਲਾਉਂਦੇ ਆ ਬੜੇ ਡਾਲਰ ਲਾਉਂਦੇ ਆ ਪਾਉਂਡ ਲਾਉਂਦੇ ਆ ਮੇਰੇ ਕੋਲ ਇਹ ਖੇਡ ਦੇ ਮੈਦਾਨਾਂ ਵਿੱਚ ਤੂੰ ਕੀ ਬੋਲਣ ਵਾਲੀ ਗੱਲ ਹੈ ਪ੍ਰਕਾਸ਼ ਕਰਦੇ ਸੀ ਵੀਰਾਂ ਨੇ ਕਬੱਡੀ ਕੋਚ ਕੋਟੀ ਦੇ ਖਜ਼ਾਨੇ ਹੈ ਮੀਡੀਆ ਦੀ ਟੀਮ ਚੱਲਦੇ ਮੈਚ ਦੀ ਜੇਤੂ ਟੀਮ ਹੈ ਜੀ ਮੀਡੀਆ ਦੀ ਅਸੀਂ ਅੱਜ ਠੀਕ ਟਾਲ ਰਹੇ ਜਿਨ੍ਹਾਂ ਨੇ ਸਾਨੂੰ 1000 ਰੁਪਏ ਜਾਂ ਉਸ ਤੋਂ ਵੱਧ ਟੂਰਨਾਮੈਂਟ ਕਮੇਟੀ ਨੂੰ ਦਾਨ ਦਿੱਤਾ ਅਸੀਂ ਉਹਨਾਂ ਨੂੰ ਸਨਮਾਨ ਜਨ ਦੇਣੇ ਆ ਕਿਰਪਾ ਕਰਕੇ ਉਹ ਨੋਟ ਕਰ ਲੈਣਾ ਜਿਨ੍ਹਾਂ ਨੇ ਸਾਨੂੰ 1000 ਰੁਪਏ ਤੋਂ ਉੱਪਰ ਸਹਿਯੋਗ ਦਿੱਤਾ ਅਸੀਂ ਉਹਨਾਂ ਨੂੰ ਸਨਮਾਨ ਜਨ ਦੇਣੇ ਆ ਕਿਰਪਾ ਕਰਕੇ ਜਾਂ ਉਹ ਆਲ ਪੰਜਾਬ ਦਾ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਇੱਥੇ ਸਟੇਜ ਤੇ ਹਾਜ਼ਰ ਹੋ ਜਾਣਾ ਤਾਂ ਕਿ ਉਹਨਾਂ ਨੂੰ ਸਨਮਾਨ ਜਨ ਦਿੱਤਾ ਜਾਵੇ
ਸਾਹਿਬ ਆਏ ਦੁਨੀਆਂ ਦੇ ਮਸ਼ਹੂਰ ਹੈ ਇਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਣਾ ਜ਼ਰੂਰ ਹੈ
ਆਪਣੀ ਟੀਮਾਂ ਚੌਥੇ ਰਾਉਂਡ ਦੀਆਂ ਨਿਕਲ ਚੁੱਕੀਆਂ ਨੇ। ਪਹਿਲਾ ਮੈਚ ਠੀਕ ਦੀ ਵਾਰ ਤੇ ਗਏ ਨੇ ਚੱਕ ਭਾਈ ਵਾਲੇ ਮੀਨੀਆਂ ਮਾਸੀ ਕਿਤੇ ਬਾਂਦਗੜ ਕੋਠੇ ਕੋਠੇ ਵਾਦੀਆਂ ਜਿਹੜੀ ਟੀਮ ਇਹਨਾਂ ਵਿੱਚ ਜਿੱਤੇਗੀ ਕੋਠੇ ਵਾਦੀਆਂ ਨਾਲ ਖੇਡੇਗੀ। ਆਪਣੇ ਕੱਪੜੇ ਲਾ ਕੇ ਖੇਡ ਵਾਲਿਆਂ
ਤੇ ਕਹਿ ਰਹੇ ਹਨ ਦੋਵੇਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਅਸੀਂ ਉਹਨਾਂ ਦੇ ਬਾਹਰ ਫੇਰ ਨਹੀਂ ਕਰਦੇ।
ਲੋਕ ਆਪਣਾ ਹੁੰਦਾ ਇੱਕ ਰੱਖ ਦੇ ਹੈ ਇੱਕ ਰੱਖ ਦੇ ਹੈਲੋ ਹਾਂਜੀ ਸਾਨੂੰ ਇੱਕ ਬਿਹਾਰ ਜਾ ਕੇ ਸੇ ਖੜੀ ਮੈਂ ਸੇ ਤੇ ਨਿਕੜਿਆ ਦਾ ਜਾ ਕੇ ਨਾ ਬਹੁਤ ਬਹੁਤ ਧੰਨਵਾਦ ਹੈ ਬੜੀ ਬੁਲੰਦ ਆਵਾਜ਼ ਹੈ ਕਹਿੰਦੇ ਵੀ
ਜਦੋਂ ਵਾਲੇ ਤਾਰੀਖਾਂ ਪੁਰਾਣੇ ਸਮੇਂ ਦੇ ਵਿੱਚ ਸੌਣ ਵਾਲਾ ਮਸ਼ਹੂਰ ਹੋਇਆ ਕਰਦਾ ਸੀ, ਅੱਜ ਕੱਲ੍ਹ ਸਾਰਾ ਧੂਰੀ ਦੇ ਚਰਚੇ ਨੇ, ਨੌਜਵਾਨਾਂ ਤੇਰੀ ਕੀ ਸੌਣ ਵੱਧ ਗਈ। ਸਾਡਾ ਯੋਗ ਹੈ ਅੱਜ ਇਸ ਏਰੀਏ ਦੇ ਕੋਨੇ ਕੋਨੇ ਦੇ ਵਿੱਚ ਤੇਰੀ ਆਵਾਜ਼ ਜਿਹੜੀ ਪਹੁੰਚਾ ਰਹੀ ਹੈ ਖੇਡ ਕਬੱਡੀ ਦੀ, ਧੰਨਵਾਦ ਕਰਦੇ ਵਿਸ਼ੇਸ਼ ਤੌਰ ਤੇ ਮਾਸਟਰ ਸਾਹਿਬ ਡੀਜੇ ਸਰਵਿਸ ਵਾਲੇ ਦਾ ਬਹੁਤ ਬਹੁਤ ਧੰਨਵਾਦ ਹੈ। ਮੇਰੀ ਬੇਨਤੀ ਵੀ ਠੀਕ ਹੈ
ਇੱਕ ਧਰਤੀ ਵੱਲ ਮੱਥਾ ਸਾਰੀ ਕਬੱਡੀ ਪਾਉਣ ਦੀ ਖੇਡ ਦੇ ਮੈਦਾਨ ਵਿੱਚ ਵਾਧਾ ਹੋ ਗਿਆ। ਮਸ਼ਹੂਰ ਹੈ ਇਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਣਾ ਜ਼ਰੂਰ ਹੈ ਇਹਦੇ ਵਿੱਚ ਕਿਹੜੀ ਖੂਬੀ। ਇੱਕ ਪਾਸੇ ਸੇਵ ਨੂੰ ਟੱਚ ਕੀਤਾ ਠੀਕਰੀ ਵਾਲੀ ਨੇ ਤੇ ਗੱਡੀ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਚੱਲ ਕੇ ਨੌਜਵਾਨ ਹੈ ਆ ਕਬੱਡੀ ਕਾਲਾ ਠੀਕਰੀ ਵਾਲ ਖੇਡਦਾ ਜਿਹੜੇ ਪਿੰਡ ਦਾ ਕੀਤਾ ਜਿਹੜੇ ਪਿੰਡ ਦਾ ਗੋਰਾ ਇੰਗਲੈਂਡ ਦੇ ਵਿੱਚ ਬਾਹਰ ਸਾਲ ਕਬੱਡੀ ਕਾਬਲੀ ਖੇਡੇ ਧੰਨ ਧੰਨ ਕਰਵਾਈ ਪੰਮੇ ਨੇ ਦੁਨੀਆ ਮਰਾਈ ਮੇਰੇ ਵੀ ਉਹ ਮਨ ਸੇਵਾ ਦੇ ਸੁਪਰ ਸਟਾਰ ਬਿੱਟੂ ਨੇ ਆਸਟ੍ਰੇਲੀਆ ਦੇ ਚਾਰ ਵਾਲੇ ਜਗਜੀਤ ਸਿੰਘ ਸੌਂਜੀ ਮਿਲ ਗਏ ਹੋ ਕਹਿੰਦੇ ਵੀ ਪੱਕੇ ਤੌਰ ਤੇ ਖੇਡਾਂ ਦੇ ਵਿੱਚ ਯਾਦ ਵਸਿਆ ਦੁਨੀਆ ਮਨਾਈ ਮਿਲ ਗਈ ਉਹ ਬਿਜਲੀ ਬੋਰਡ ਕਬੱਡੀ ਕਾਬਲੀ ਖੇਡ ਰਵਾਨਾ ਹੋ ਗਏ ਫੌਜੀ ਜਗਜੀਤ ਫੌਜੀ ਕੋਲ ਬੈਠਦਾ ਮੇਰੇ ਕੋਲ ਦੁਨੀਆ ਦਾ ਰੁਸਤ ਨੇ ਦੁਨੀਆ ਦਾ ਸੁਪਰ ਸਟਾਰ ਤੇ ਦੁਨੀਆ ਨੂੰ ਪਾਪਾ ਦੇ ਕਰ ਦੇ ਜਦ ਖਾਣ ਆਉਂਦਾ ਸੀ ਇਹਦੇ ਪਾਸੇ ਕਰਨੀ ਇੱਕ ਪਾਸੇ ਸਿਰਫ ਸਿੱਖ ਸਰਦਾਰ ਦੇ ਪੁਆਇੰਟ ਫਿਰ ਕੀ ਕਹਿ ਬੈਠਦਾ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਖੇਡ ਦੇ ਵੀ ਕੋਣੀ ਕਾਂਬਲੀ ਖੇਡ ਦੇ ਮੈਦਾਨ ਵਿੱਚ ਵਾਧਾ ਹੋਇਆ ਬਕਰਾ ਸਟਾਈਲ ਇਸ ਨੌਜਵਾਨ ਦਾ ਦੋਲੇ ਦਾ ਪੰਪ ਸੋਨੂ ਦਾ ਜੰਪ ਮੀਂਗ ਦੇ ਬਾਲ ਸੰਦੀਪ ਦੀ ਸਾਲ ਅਜਮੇਰ ਦੇ ਟੱਚ ਗੁਰਦਾਲ ਦੇ ਪੱਟ ਮੰਗੀ ਦੇ ਦਾ ਟਰਾਂਟੋ ਦਾ ਖਾ ਸੁਖਵੀਰ ਦਾ ਨੱਚਣਾ ਮੋਟੇ ਦਾ ਹੱਸਣਾ ਰੋਗੂ ਦੀ ਭਾਲ ਤੇ ਰੋਂਗੀ ਦੀ ਡਾਲ ਇਹਦੇ ਦਿਲ ਨੂੰ ਲੁੱਟਦੇ ਨੇ ਕਾਮਾ ਦਾ ਗਰਵਿੰਦਰ ਤੇ ਫੌਜ ਦਾ ਵਰਿੰਦਰ ਉੱਠੇ ਕਰ ਕਰ ਸੁਣਦੇ ਨੇ ਉੱਠੇ ਕਰ ਕਰ ਸੁਣਦੇ ਨੇ ਸਾਰੇ ਕਿਹੜਾ ਨੌਜਵਾਨ ਦੇ ਵੱਖ ਵੱਖ ਦੇ ਸਟਾਈਲ ਨੇ ਇਹਦੇ ਪਾਸੇ ਕਰਨੀ ਦਾ ਸਟਾਈਲ ਵੀ ਐਨ ਸਾਰਾ ਜੋਗ ਹੈ ਮੇਰੀ ਵੀ ਉਹ ਆਈ ਹੋਈ ਕਰਨੀ ਕਿਹੜਾ ਚਮਕਦਾ ਇੱਕ ਪਾਸੇ ਕਹਿੰਦੇ ਵੀ ਨੌਜਵਾਨ ਮਨਪ੍ਰੀਤ ਠੀਕਰੀ ਵਾਲੀਆ ਪੂਰੀ ਕੋਸ਼ਿਸ਼ ਕਰਦਾ ਪਰ ਪੁਆਇੰਟ ਸਭ ਦਾ ਆਗੇ ਦੇ ਪੈਰ ਜੋ ਮਰੀ ਹੈ ਪੁਆਇੰਟ ਧਾਵੀ ਦਾ ਕਰਨੀ ਨੌਜਵਾਨ ਹੈ ਸੋਹਣਿਆ ਕਬੱਡੀ ਖੇਡ ਦੇ ਮੈਦਾਨ ਵਿੱਚ ਸਿੱਖ ਸਰਦਾਰ ਕਾਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਕਾਫੀ ਵੇਖੀ ਹੈ ਨਾਲ ਮਗਰਾਫੀਆਂ ਦੀ ਹੰਸ ਹੈ ਨਵੇਂ ਸੰਤ ਸਾਧ ਦੇ ਵਿੱਚ ਸੰਤ ਨਹੀਂ ਹੁੰਦੇ ਪਿੰਡ ਪਿੰਡ ਅੰਦਰ ਚੰਦਰ ਵੇਸਣਾ ਘਰ ਦੇ ਵਿੱਚ ਹਰ ਹਾਥੀ ਦੇ ਮੱਥੇ ਨਾਲ ਹੋੜ ਰੋਟੀ ਕਸਤੂਰੀ ਨਹੀਂ ਹੁੰਦੀ ਹਰ ਹਿਰਨ ਦੇ ਵਿੱਚ ਕਿ ਫਿਰ ਦੇ ਸੂਰ ਵਿੱਚ ਜੰਮਦੇ ਸੰਸਾਰ ਅੰਦਰ ਕਿ ਕੈਦ ਜੰਮ ਸਕਦੇ ਨੇ ਘਰ ਘਰ ਦੇ ਵਿੱਚ ਕਿ ਕੈਦ ਜੰਮ ਸਕਦੇ ਨੇ ਘਰ ਘਰ ਦੇ ਵਿੱਚ ਚੱਲਦੇ ਮੈਚ ਦੇ ਤੋਂ ਕੈਨੇਡਾ ਦੀ ਟੀਮ ਜੇਤੂ ਟੀਮ ਹੈ ਜੀ ਚੱਲਦੇ ਮੈਚ ਦੀ ਕੈਨੇਡਾ ਦੀ ਟੀਮ ਜੇਤੂ ਟੀਮ ਹੈ
ਜਦ ਭਾਈਵਾਲ ਤੇ ਮੀਡੀਆ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਨਾਲ ਚੜਨਾ ਕਰਾਉਂਦੇ ਨੇ ਗੁਰਪੁਰੀ ਦੀ ਡੰਗੀ ਬਲਜੀਤ
ਸੀਗੀ ਇਹਨੇ ਗੱਲ ਸੁਣੀ ਆਉਂਦੇ ਨੇ ਪਿੰਟੂ ਦੀ ਬੋਲੀ ਨੂੰ ਜਵਾਨ ਲਿਖਦੇ ਧਰਮਾਂ ਕਹੂ ਜਵਾਨ ਇਹ ਗੱਲ ਕਿਹਨੂੰ ਮਾਰਨੀ ਲੱਗਦੇ ਨੇ ਖਿਡਾਰੀ ਆਪਣੇ ਟੀਮ ਨੇ ਇਸੇ ਪੁਆਇੰਟ ਜੋੜਦਾ ਹੋਇਆ ਪਾਣੀ ਸੀਪੀ ਨੌਜਵਾਨ ਅਗਲੀ ਕਬੱਡੀ ਕਬੱਡੀ ਮੈਦਾਨ ਅੰਦਰ ਖਿਡਾਰੀ
ਅਸੀਂ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਅਰਦਾਸ ਹੈ ਕਿਸੇ ਵੀ ਖਿਡਾਰੀ ਦਾ ਬਾਲ ਵੀ ਵੀਰਨਾ ਨਾ ਹੋਵੇ ਜਿਸ ਤਰ੍ਹਾਂ ਇਹ ਹੱਸਦੇ ਹੱਸਦੇ ਮਾਪਿਆਂ ਤੋਂ ਅਸ਼ੀਰਵਾਦ ਲੈ ਕੇ ਆਰਾਮ ਦੇ ਵੱਲ ਮਿਲਦੇ ਆ ਉਸੇ ਤਰ੍ਹਾਂ ਹੀ ਖੇਡ ਕੁੱਦ ਕੇ ਕਰਾਉਂਦਾ ਤੋਂ ਆਪਣੇ ਮਾਪਿਆਂ ਦੇ ਕੋਲ ਜਾਣ ਕਿਸੇ ਵੀ ਖਿਡਾਰੀ ਦਾ ਬਾਲ ਵੀ ਵੀਰਨਾ ਨਾ ਹੋਵੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਇਹ ਬੇਨਤੀ ਹੈ ਕਿਸੇ ਵੀ ਖਿਡਾਰੀ ਦਾ ਬਾਲ ਵੀ ਵੀਰਨਾ ਨਾ ਹੋਵੇ ਅਗਲੇ ਮੈਚ ਦੀ ਮਾਸੀ ਕੀ ਤੇ ਵੱਖ ਕਰਨ ਦੀਆਂ ਟੀਮਾਂ ਤਿਆਰ ਹੋ ਤਿਆਰ ਹੈ ਮੈਚ ਸ਼ੁਰੂ ਕਰਵਾ ਦਿਓ ਬਾਕੀ ਦੇ ਪਲੇਅਰ ਮੈਚ ਜਿੰਨਾ ਲਾਉਂਦੇ ਨੇ ਤਾਂ ਮੈਚ ਸ਼ੁਰੂ ਕਰਾ ਦੇਣਾ ਹੈਲੋ ਆ ਦਿੱਤੀ ਸਾਹ ਦਾਮੀ ਨਾਲ ਗੱਲ ਲੈ ਕੇ ਤਾਂ ਰੱਖਦੇ ਤੇ ਛੱਡ ਦੇ ਦਿੱਤੀ ਨਾਲ ਖੱਬੇ ਹੱਥ ਛੱਡ ਦੇ ਕੱਢ ਲੈ ਕੇ ਆ ਦਿੱਤੀ ਨਾਲ ਉਹ ਖਿਡਾਰੀ ਦੇ ਮਾਣ ਨੂੰ ਛੱਡ ਲਾ ਕੇ ਤੇ ਉਹਨੂੰ ਡਾਕਟਰੀ ਸਾਹ ਦਾਮੀਆ ਮੇਰੀ ਬੇਨਤੀ ਹੈ ਵੀ ਜੇ ਆਪਾਂ ਇਹ ਮੈਚ ਰੋਕਣਾ ਤਾਂ ਅਗਲੇ ਮੈਚ ਆਪਾਂ ਕਰਵਾ ਦਈਏ ਕਿਉਂਕਿ ਸਮਾਂ ਬਹੁਤ ਘੱਟ ਆ ਆਪਾਂ ਕਬੱਡੀ 75 ਦੇ ਮੈਚ ਵੀ ਕਰਾਉਣੇ ਆਪਾਂ ਅਗਲਾ ਮੈਚ ਕਰਵਾ ਦਈਏ ਅੱਜ ਬਟਵਾ ਲੈ ਮੈਂ ਕਰਵਾ ਦੋ ਅੰਦਰੀ ਟੀਮਾਂ ਪੁੱਜੀਆਂ ਦੋਵੇਂ ਟੀਮਾਂ ਗਰਾਊਂਡ ਦੀ ਸਾਈਡ ਤੇ ਪੁੱਜਣ ਦੋਵੇਂ ਟੀਮਾਂ ਦੇ ਪਲੇਅਰ ਖੇਡ ਮੋਡੀ ਗਰਾਊਂਡ ਦੀ ਸੈਂਟਰ ਲਾਈਨ ਤੇ ਪੁੱਜਣ ਮਾਸੀ ਕੇ ਵਾਸਤੇ ਤੇ ਵਾਸਤੇ ਇਹ ਟੀਮਾਂ ਦੇ ਪਲੇਅਰ ਗਰਾਮ ਦੀ ਸੈਂਟਰ ਲਾਈਨ ਤੇ ਪੁੱਜਣ ਜਲਦੀ ਦੇ ਨਾਲ ਮੈਚ ਸ਼ੁਰੂ ਕਰਵਾ ਦਿਓ ਨਿਆਰੇ ਦੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਹੱਥ ਲੈ ਖਰਾਕਾ ਵੇਖੋ ਬਾਟੀਆਂ ਸ਼ਿਕਾਰੀਆਂ ਲੱਗੂ ਦਾ ਗਰਾਊਂਡ ਵਿੱਚ ਜੋ ਟੁੱਟੀ ਅੱਡੀ ਦਾ ਉਹ ਕਬੱਡੀ ਦੀ ਸ਼ੀਰਾ ਬਣ ਜੀਵੀ ਜਿਹਨੂੰ ਲੱਗਦੀ ਕਬੱਡੀ ਦਾ ਉਹ ਕਬੱਡੀ ਦੀ ਸ਼ੀਰਾ ਬਣ ਜੀਵੀ ਜਿਹਨੂੰ ਲੱਗਦੀ ਕਬੱਡੀ ਦਾ ਤਕੜਾ ਮੈਚ ਖੇਡਿਆ ਜਾ ਰਿਹਾ ਦੋਵੇਂ ਟੀਮਾਂ ਦੇ ਦਰਮਿਆਨ ਮਾਸੀ ਕੇ ਵਰਸਰ ਵੱਖਰਾ ਦੀ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਮੇਰੀ ਵੀ ਕਿ ਲਾਉਣੇ ਠੰਡ ਵਿੱਚ ਡੰਡ ਪੈਦਾ ਗਰਮੀ ਚ ਭੱਜਣਾ ਬੜੀ ਔਖੀ ਹੁੰਦੀ ਫਿਰ ਦੀ ਕਬੱਡੀ ਸਿੱਖਾ ਰਹੋ ਆ ਆਪਣੇ ਪਰਗਣਾ ਦਾ ਡਾਇਆ ਸਕੇਟ ਕਿਹੜਾ ਜਾ ਰਹੀਆਂ ਜੇ ਕਿਤੇ ਕੋਈ ਖਾਰੀ ਨੂੰ ਕੋਈ ਹੋਵੇ ਤਾਂ ਜਲਦ ਤੋਂ ਜਲਦੀ ਕੌਣ ਵੀ ਸਾਡਾ ਕਿਹੜਾ ਪਰਗਣਾ ਦਾ ਡਾਇਆ ਸਕੇਟ ਕਿਹੜਾ ਜਾ ਰਹੀਆਂ ਇਧਰ ਮੇਨ ਗੇਟ ਵਾਲੀ ਸਾਈਡ ਜਿਹੜੀ ਟੀਮ ਹੈ ਬਾਸਕਟਬਾਲ ਦੀ ਟੀਮ ਪੁੱਜੀ ਹੈ ਮੇਰੇ ਵੀਰੋ ਲੋ ਪਹਿਲੀ ਕਬੱਡੀ ਕਹਿੰਦੇ ਲਾਓ ਯਾਰ ਕਬੂ ਦੁਨੀਆ ਦੇ ਮਹਾਰਾਜੀ ਕਬੱਡੀ ਖਿਡਾਰੀਆਂ ਦੇ ਪਿੰਡ ਕੋਟੀ ਪਾ ਲਿਆ ਦੁਨੀਆ ਦਾ ਫਰਦਾ ਕੋਈ ਕਿ ਨਾਮ ਲਾਉਂਦਾ ਇਸ ਖਿਡਾਰੀ ਦੀ ਕਹਿੰਦੇ ਸ਼ਾਮ ਦੀ ਦੁਨੀਆ ਬਣੀ ਹੈ ਮੇਰੇ ਵੀਰੋ ਸੰਦੀਪ ਕਹਿੰਦੇ ਰਹਿੰਦੀ ਹੈ ਵਾਲਾ ਉਹਦੀ ਕਬੱਡੀ ਦਾ ਬਾਰਿਸ ਨਾਮ ਲੈ ਕਰੂ ਪਾਮਾ ਲੱਲੀ ਦੀ ਧਰਤੀ ਦੇ ਇਸ ਵੇਲੇ ਲੈ ਤਕੜਾ ਪੁਆਇੰਟ ਆਪਣੀ ਟੀਮ ਨੇ ਇਹ ਸੀ ਜੋੜਦਾ ਪਿਆ ਇਹ ਨਾਵੜਿਆ ਕਰੂ ਕਹਿੰਦੇ ਬਾਸਕਟਬਾਲ ਦੀ ਧਰਤੀ ਦਾ ਖਿਡਾਰੀ ਹੈ ਕਿ ਕਬੱਡੀ ਬਾਉਂਦੜੀ ਵਾਧਾ ਹੋ ਪਿਆ ਕਿ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਚਾਚਾ ਹੋ ਜਾਵੇ ਕਾਉਂਟੀ ਦੀ ਹਰ ਬੁੱਕ ਦੇ ਵਿੱਚ ਫੋਟੋ ਲੱਗੇ ਨੇ ਇਹਦੇ ਦੇ ਕੇ ਫੇਰ ਪੂਰੀ ਕਰ ਦੂਗਾ ਇਹ ਇਸ਼ਾ ਦਿਲ ਦੇ ਅੰਦਰ ਬੈਠਾ ਧਾਰੀ ਮੈਂ
ਲੈ ਕਰਮੀ ਵੀਰ ਸੇਵੀ ਵੀਰ ਕਿੱਥੇ ਆ ਸਾਡੇ ਸਰਦਾਰ ਜੀ ਵੀਰ ਜਿਹਨਾਂ ਨੇ ਬੁੱਢੇ ਪ੍ਰਬੰਧ ਕੀਤਾ ਤੇ ਇਹਨਾਂ ਦੇਖੋ ਪੈਦਾ ਦਾ ਸਵਾਲ ਆ ਰਿਹਾ ਹੈ ਸੋਨੀ ਧਾਲੀਵਾਲ ਜੀ ਦਾ ਵੱਡਾ ਧੰਨਵਾਦ ਹੈ ਉਹਨਾਂ ਦੇ ਦੇਖੋ ਨਾਮ ਹੈ ਡਾਕਟਰ ਜੀ ਵੀਰ ਵੀਰ ਇਸ ਵੇਲੇ ਕਹਿੰਦੇ ਲਾਗੀ ਦੇ ਜੱਫਾ ਜਾਨੋ ਧਾਲੀ ਜੀ ਡੱਕਿਆ ਤੜਕਿਆ ਨਸ਼ਾ ਜੀ ਨੇ ਸਾਰਾ ਕੁਝ ਧੱਕਿਆ ਤੜਕਿਆ ਨਸ਼ਾ ਜੀ ਨੇ ਸਾਰਾ ਕੁਝ ਧੱਕਿਆ ਕਿ ਸਵਰਨੀ ਦਾ ਸੋਨੀ ਰਾਣੀਵਾਲ ਦਾ ਕੋਟੀ ਦੋਨੇ ਗੱਲ ਵੱਖਰੀ ਕਰਦੇ ਨੇ ਰਸੂਲ ਦਾ ਕੰਤਾ ਕਿੱਧਰ ਬਿੱਲੀ ਦਾ ਮੰਤਾ ਧਾਲੀ ਨੂੰ ਘੇਰ ਕੇ ਫੜਦੇ ਨੇ ਧੱਲੇ ਕੇ ਦਾ ਜਾਤਾ ਡੋਰ ਮਾਨੇ ਦਾ ਸਰਦਾ ਇਹ ਜਿਹਦੇ ਪੱਕੇ ਜਾਂਦੇ ਨੇ ਅਗਰ ਅੰਮੀਆਂ ਦਾ ਸੰਦੀਪ ਸਾਜੋ ਕੇ ਵਧੀਰ ਹੈ ਕਬੱਡੀ ਦੇ ਸੂਰ ਦੇ ਚੜਦੇ ਨੇ ਇਸ ਨੈਜ ਦੇ ਵਿੱਚੋਂ ਯੋਗ ਦੇ ਤਾੜਦਾ ਮਾਸ਼ੀ ਦੇ ਟੀਮ ਜੇਤੂ ਹੈ ਮਾਸ਼ੋ ਦੇ ਟੀਮ ਜੇਤੂ ਹੈ ਆ ਪਾਵਾ ਰਜਿਆ ਉਹਦਾ ਵਿਸ਼ੇਸ਼ ਸਨਮਾਨ ਕਰਨਾ ਕੋਈ ਨਹੀਂ ਲੈ ਲੋ ਲੱਗੇ ਦੇ ਪੰਡੇ ਦਾ ਕਹਿੰਦੇ ਪ੍ਰਬੰਧ ਦੇ ਟੂਰਨਾਮੈਂਟ ਕਮੇਟੀ ਵੱਲੋਂ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਕਿ ਜਿਨ੍ਹਾਂ ਨੇ ਕੁਝ ਕਰ ਪਖਾਇਆ ਦੁਨੀਆ ਦੇ ਵਿੱਚ ਨਾਮ ਕਮਾਇਆ ਦੋ ਪਾਣੀ ਛਾਣੇ ਨੇ ਅੱਜ ਉਹ ਸਨਮਾਨੇ ਲੈਣੇ ਨੇ ਅੱਜ ਉਹ ਸਨਮਾਨੇ ਲੈਣੇ ਨੇ ਸੂਏ ਦੀ ਪੱਟੜੀ ਤੇ ਭੱਜੇ ਫੜ ਕੇ ਸ਼ੇਰ ਮਲਾਦੀ ਕਰਦੇ ਦੁਨੀਆ ਭਰ ਦੇ ਲੋਕਾਂ ਵੱਲੇ ਫੜ ਕੇ ਰਹੇ ਨਮਾਣੇ ਨੇ ਅੱਜ ਉਹ ਸਨਮਾਨੇ ਲੈਣੇ ਨੇ ਅੱਜ ਉਹ ਸਨਮਾਨੇ ਲੈਣੇ ਨੇ ਇਸ ਨਾਇ ਤੋਂ ਬਾਅਦ ਕਬੱਡੀ 75 ਕਿਲੋ ਵੱਧ ਹੋਏ ਮੈਚਾਂ ਦੇ ਨਾਲ ਆਪਾਂ ਖੇਡ ਕਬੱਡੀ ਗਰਾਉਂਡ ਦੇ ਵਿੱਚ ਜੁੜਦਾ ਦਵਾਨੇ ਵਾਰਸੀ ਦੇ ਦੀਪ ਹੈ ਦੀਵਾਨੇ ਵਾਰਸੀ ਦੇ ਦੀਪ ਹੈ ਚੰਗਲਵਾਲ ਵਾਰਸੀ ਦੇ ਮੰਜੂ ਦੇ ਡੇਰਾ ਡਾਕਟਰ ਸਰ ਜੱਗ ਭਾਈ ਦਾ ਵਾਰਸੀ ਦੇ ਪੜਾਉ ਰਾਮਾ ਮੰਡੀ ਤੇ ਕੇਸਰ ਰਾਮੀ ਕਰਾ ਨਿਹਮਤ ਪੜਾ ਤੇ ਕਰਨਜੀਤ ਰਬ ਰਾਮਾ ਇਹ ਟੀਮਾਂ ਦੇ ਵਿੱਚ ਜ਼ਾਲਦੀ ਦੇ ਨਾਲ ਖੇਡ ਕਬੱਡੀ ਗਰਾਉਂਡ ਦੇ ਨਾਲ ਜੁੜਦਾ ਹੈ ਅੱਖੀਆਂ ਉਡੀਕ ਦੀ ਨੇ ਫਿਰ ਬਾਤਾਂ ਮਾਰਦਾ ਅੱਜ ਸੋਹਣੇ ਸੋਹਣੇ ਵਾਸਤੇ ਪਿਆਰਦਾ ਦਵਾਨੇ ਵਾਰਸੀ ਦੀਪਗੜ ਦੋਵੇਂ ਟੀਮਾਂ ਨੂੰ ਚੱਲਦੇ ਮੈਦਾਨ ਸਮਾਂ ਦੀਵਾਨੇ ਵਾਰਸੀ ਦੀਪਗੜ ਦੋਵੇਂ ਟੀਮਾਂ ਨੂੰ ਚੱਲਦੇ ਮੈਦਾਨ ਸਮਾਂ ਮੰਜੂਗੇ ਤੇ ਚੱਲਣ ਵਾਲਾ ਪਤਾਵਟ ਤੇ ਚੱਕ ਚਾਹੀਦਾ ਹੈਲੋ ਆਜ ਦੇ ਦਾਲ ਤੋਂ ਅੰਦਰ ਬੈਠੇ ਆ ਬੱਚੇ ਇਹ ਬਾਹਰ ਹੋ ਜਾਣ ਆ ਸਾਹਮਣੇ ਬੈਠੇ ਆ ਗੋਰੇ ਉੱਠੋ ਤੋਂ ਇਹਦੇ ਕਹਿੰਦੇ ਮੀਰ ਗੀਤ ਵਾਲੀ ਸਾਈਡ ਦੀ ਟੀਮ ਆ ਕੋਠੇ ਪਾਦੀਆਂ ਦੀ ਟੀਮ ਆ ਕਹਿੰਦੀ ਕਬੱਡੀ ਕਹਿੰਦੀ ਚੂੜ ਜੱਟ ਪਿੰਡ ਦਾ ਨਾਮ ਹੈ ਗੁਰੂ ਰੈਂਕੂ ਬਾਬਰ ਵਧੀਆ ਤਿਆਰੀ ਵਾਲਾ ਧਾਮੀ ਪਰ ਪੁਆਇੰਟ ਜਾਂਦੀ ਦਾ ਪੁਆਇੰਟ ਕੋਠੇ ਪਾਦੀਆਂ ਦੀ ਟੀਮ ਨੇ ਇਹ ਸਿਰਫਦਾ ਹੋਇਆ ਕਬੱਡੀ 75 ਕਿਲੋ ਵਰਗ ਦੀ ਟੀਮ ਆ ਤੇ ਵਾਂਗੇ ਵਰਸੀ ਦੀ ਦੀਪ ਹੈ ਇਸ ਮੈਚ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਦਵਾਨੇ ਵਰਸੀ ਦੀਪ ਹੈ ਕਹਿੰਦੇ ਦਵਾਨ ਤੇ ਮੰਜੂਗੇ ਵੀ ਟੀਮਾਂ ਦੇ ਪ੍ਲੇਅਰ ਫਿਰ ਕਬੱਡੀ ਗਰਾਊਂਡ ਨਾਲ ਜੁੜ ਜਾਣ ਇਧਰ ਦੇਖੋ ਉੱਥੇ ਬਾਦਲ ਵਾਲੀ ਜੀ ਬਈ ਹੋਈ ਕਬੱਡੀ ਆ ਇਹ ਵੀ ਦਾਖੀ ਦੇ ਬੜੀ ਛੋਟੇ ਬੋਲ ਕੇ ਕਬੱਡੀ ਦਾ ਸ਼ਕੀਰ ਬੜਾ ਮੇਰੇ ਕੋ ਬੜੇ ਹੋਏ ਬੋਲਦਾ ਬੱਜੀ ਹੋਈ ਕੈਂਚੀ ਆ ਲੱਗੇ ਹੋਏ ਜ਼ੋਰ ਆ ਕਿ ਕੋਹਮਤ ਅਰਥਾ ਕੋਹਮਤ ਤੈਨੂੰ ਤੱਤਰ ਵਾਲੀ ਜੀਵੇ ਕੋਹਮਤ ਅਰਥਾ ਕੋਹਮਤ ਤੈਨੂੰ ਤੱਤਰ ਵਾਲੀ ਜੀਵੇ ਕਿ ਜਿੰਦਾ ਜਹਾਲ ਆ ਗਿਆ ਤੇ ਚਾਬੀ ਲੈ ਗਿਆ ਤੇਰਾ ਦਾ ਨਿਕਾ ਉਹ ਬੜੀ ਬੇਚ ਵੱਟਦਾ
ਅੱਖਣ ਵੜ ਕੇ ਦਿਲ ਵਿੱਚ ਲਿਆ ਜਨੇ ਦੀ ਕਿਹੜੇ ਕਾਰਕੀ ਕਰਾਉਂਦਾ ਦੇ ਵਿੱਚ ਉੱਤੇ ਲੱਤਾਂ ਧਰਦੀਆਂ ਨੇ ਉਹਨਾਂ ਦੀ ਸੁੱਖੀ ਭਾਗ ਕੋਲ ਵਾਲਿਆ ਕਬੱਡੀ ਕਬੱਡੀ ਪਾਈ ਹੈ ਫਿਰ ਕਬੱਡੀ ਮਾਰ ਦੇ ਇੱਧਰ
ਜੰਨਤ ਬਾਹਰ ਵਾਸੀ ਨੇ ਫੰਜੂਗੇ ਦੋਵੇਂ ਟੀਮਾਂ ਨੂੰ ਇੱਕ ਮਿੰਟ ਦਾ ਸਮਾਂ ਦੀ ਜੰਨਤ ਬਾਹਰ ਵਾਸੀ ਫੰਜੂਗੇ ਰਾਮਾ ਮੰਡੀ ਤੇ ਰਾਹੂ ਕੀ ਕਰਾਂ ਰਾਮਾ ਮੰਡੀ ਤੇ ਰਾਹੂ ਕੀ ਕਰਾਂ ਇੱਧਰ ਫੌਜੀ ਕਹਿੰਦੇ ਇਸ ਮਾਮਲੇ ਜਾਤੀ ਨੂੰ ਇਹਦੇ ਕਹਿੰਦੇ ਕਰੋੜ ਦੇ ਫੌਜੀ ਨੇ ਅੱਜ ਵੀ ਬਾਟਾ ਪਾਏ ਜਾਂਦੇ ਇੱਕ ਸਰਜੀਤ ਸਿੰਘ ਫੌਜੀ ਰੌਂਦੇ ਬੇਟਾ ਇਧਰ ਦੇਖੋ ਤੀਜੇ ਨੰਬਰ ਦਾ ਫੌਜੀ ਕਹਿ ਦਈਏ ਆਪਾਂ ਫਿਰ ਤੁਹਾਡੀ ਬਰਾਤ ਵਿੱਚ ਇਸ ਸੰਗੀਤ ਹੈ ਨਹੀਂ ਪੰਜਾਬੀ ਨੇ ਸੰਗੀਤ ਵਰਗਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਗੁਰੂ ਰੋਕੋ ਤੇ ਰਾਜ ਕਰਨਾ ਨਹੀਂ ਕਿਸੇ ਮਹਾਰਾਜਾ ਰਣਜੀਤ ਵਰਗਾ ਸਾਡੀ ਬੇਨਤੀ ਕਰਨ ਵਾਲ ਤੇ ਮੰਨੂਗੇ ਕਾਫੀ ਲੰਬੇ ਸਮੇਂ ਤੋਂ ਅਸੀਂ ਇਹਨਾਂ ਟੀਮਾਂ ਨੂੰ ਆਵਾਜ਼ ਨਹੀਂ ਲੈਂਦੇ ਹਾਂ ਟੀਮਾਂ ਪਹਿਲਾਂ ਅਸੀਂ ਸਵੇਰ ਤੋਂ ਮੈਂਟਰੀਆਂ ਨੂੰ ਆਵਾਜ਼ ਦਿੰਦੇ ਹਾਂ ਫਿਰ ਖਿਡਾਰੀ ਮੇਰੇ ਵਾਅਦੇ ਕਰਵਾ ਲੈਂਦੇ ਆ ਇੰਨੀ ਦੂਰੋਂ ਦੂਰੋਂ ਚੱਲ ਕੇ ਖੇਡਣ ਦੇ ਲਈ ਆਉਂਦੇ ਪਰ ਸਮੇਂ ਸਿਰ ਗਰਾਊਂਡ ਦੇ ਵਿੱਚ ਨਹੀਂ ਪੁੱਜਦੇ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਸਾਡੇ ਆਗੂਆਂ ਨੇ ਬੇਨਤੀ ਹੈ ਵੀ ਖਿਡਾਰੀ ਮੇਰੇ ਪ੍ਰਬੰਧਕ ਟੂਰਨਾਮੈਂਟ ਕਮੇਟੀ ਦਾ ਸਾਥ ਦੇ ਰਹੇ ਪ੍ਰਬੰਧਕ ਵੀ 2 ਮਹੀਨਿਆਂ ਤੋਂ ਟੂਰਨਾਮੈਂਟ ਕਰਾਉਣ ਦੇ ਵਿੱਚ ਰੁੱਝੇ ਆ ਦਿਨ ਰਾਤ ਇੱਕ ਕੀਤਾ ਹੋਇਆ ਮਸਾ ਆਪਾਂ ਟੂਰਨਾਮੈਂਟ ਵਾਲਾ ਦਿਨ ਲੈ ਕੇ ਆਉਂਦੇ ਪਰ ਜਦੋਂ ਆ ਟਾਈਮ ਆਉਂਦਾ ਖਿਡਾਰੀ ਵੀ ਸਮੇਂ ਸਿਰ ਗਰਾਊਂਡ ਦੇ ਵਿੱਚ ਨਹੀਂ ਪੁੱਜਦੇ ਤਾਂ ਫਿਰ ਮਨ ਨੂੰ ਥੋੜੀ ਨਿਰਾਸ਼ਾ ਹੁੰਦੀ ਹੈ ਸਾਡੀ ਬੇਨਤੀ ਖਿਡਾਰੀ ਵੀ ਸਾਡਾ ਸਾਥ ਦੇਣ ਸਮੇਂ ਸਿਰ ਗਰਾਊਂਡ ਦੇ ਵਿੱਚ ਆਉਣ ਸਾਰੇ ਖਿਡਾਰੀ ਮੇਰੇ ਨੂੰ ਵੈਲਕਮ ਆਖੇ ਜਾ ਰਿਹਾ ਆਜ ਅਸੀਂ ਕ੍ਰਿਕਟਰਾਂ ਨੂੰ ਬੇਨਤੀ ਕਰ ਰਹੇ ਗਰਾਊਂਡ ਦੇ ਵਿੱਚ ਡਾਕੂਮੈਂਟਰੀ ਵਾਲੇ ਨਾਲ ਰੈਫਰੀ ਨਾਲ ਹੋਰ ਪਾਠਾਂ ਦੇ ਜੀ ਬੈਠਿਆ ਉਹਨਾਂ ਨੂੰ ਪਾਣੀ ਦੇ ਖਿਆਲ ਜਾਣਾ ਕ੍ਰਿਕਟਰਾਂ ਨੂੰ ਬੇਨਤੀ ਕਰ ਰਹੇ ਗਰਾਊਂਡ ਦੇ ਵਿੱਚ ਪਾਣੀ ਦੇ ਖਿਆਲ ਲੈ ਜਾਣਾ
ਮੇਰੀ ਬੇਨਤੀ ਹੈ ਕਿ ਦੋਵੇਂ ਟੀਮਾਂ ਤਿੰਨ ਰਾਤ ਦੇ ਬੱਜੂਗੇ, ਦੋਵੇਂ ਟੀਮਾਂ ਦੇ ਪਲੇਅਰ ਗਰਾਊਂਡ ਦੇ ਵਿੱਚ ਪੁੱਜ ਜਾਣ। ਰਾਮਾ ਮੰਡੀ ਦੇ ਰਾਉਕੇ ਕਲਾ ਤਰਨਜੀਤ ਕਲਾ
ਤੇ ਹਿੰਮਤ ਬੜਾ। ਇਹ ਟੀਮਾਂ ਦੇ ਪਲੇਅਰ ਗਰਾਊਂਡ ਦੇ ਵਿੱਚ ਵੱਜਣ, ਕਬੱਡੀ ਬਾਸਕਟਬਾਲ ਵੱਜਦੇ, ਸਾਰੀ ਹੁਣ ਮੈਚਾਂ ਦੀਆਂ ਜਿਹੜੀਆਂ ਲੜਾਈਆਂ ਕਿਉਂਕਿ ਇੰਨਾ ਸਮਾਂ ਆਪਾਂ ਖੇਡ ਕਬੱਡੀ ਗਰਾਊਂਡ ਨੂੰ ਖਾਲੀ ਰੱਖੀਏ, ਖੇਡ ਕਬੱਡੀ ਗਰਾਊਂਡ ਨੂੰ ਖਾਲੀ ਰੱਖੀਏ ਤਾਂ ਕੋਈ ਬਹੁਤ ਹੀ ਵਧੀਆ ਗੱਲ ਨਹੀਂ। ਕਿਉਂਕਿ ਦਰਸ਼ਕ ਵੀ ਬੜੀ ਦੂਰੋਂ ਦੂਰੋਂ ਪੁੱਜੇ ਆ, ਇਹ ਕਾਹਦੇ ਲਈ ਪੁੱਜੇ ਆ, ਕਬੱਡੀ ਦੀ ਮੈਚ ਦੇਖਣ ਦੇ ਲਈ ਪੁੱਜੇ ਆ, ਆਪਣੇ ਕੀਮਤੀ ਧੱਲੇ ਛੱਡ ਕੇ ਪੁੱਜੇ, ਖਿਡਾਰੀ ਦੀ ਗਰਾਊਂਡ ਦੇਖਣ ਦੇ ਲਈ ਪੁੱਜੇ ਆ। ਪਰ ਜੇ ਖਿਡਾਰੀ ਵੀ ਸਮੇਂ ਸਿਰ ਗਰਾਊਂਡ ਦੇ ਵਿੱਚ ਨਹੀਂ ਆਉਂਦੇ, ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ। ਖਿਡਾਰੀ ਵੀ ਸਾਡਾ ਸਾਥ ਦੇਣਾ, ਕਿਉਂਕਿ ਕਬੱਡੀ ਦੇ ਵਿੱਚ ਪ੍ਰਾਈਜ਼ ਵੀ ਵੱਡੇ ਵੱਡੇ ਰੱਖੇ ਜਾਂਦੇ ਆ, ਹਰ ਇੱਕ ਸਹੂਲਤ ਦਿੱਤੀ ਜਾਂਦੀ ਹੈ, ਖਿਡਾਰੀਆਂ ਨੂੰ ਕਿਰਾਏ ਤੋਂ ਲੈ ਕੇ ਹਰ ਇੱਕ ਸਹੂਲਤ ਦਿੱਤੀ ਜਾਂਦੀ ਹੈ। ਪਰ ਜਦੋਂ ਖਿਡਾਰੀ ਵੀ ਸਮੇਂ ਸਿਰ ਗਰਾਊਂਡ ਦੇ ਵਿੱਚ ਨਹੀਂ ਆਉਂਦੇ, ਫਿਰ ਮਨ ਨੂੰ ਨਿਰਾਸ਼ਾ ਹੁੰਦੀ ਹੈ ਮੇਰੀ ਵੀ ਨੂੰ, ਕਿਉਂਕਿ ਦੇਖੋ ਦਰਸ਼ਕ ਵੀ ਸਵੇਰ ਤੋਂ ਲੈ ਕੇ ਗਰਾਊਂਡ ਦੇ ਨਾਲ ਜੁੜੇ ਬੈਠੇ ਆ। ਆਪਾਂ ਅੱਧਾ ਅੱਧਾ ਘੰਟਾ ਗਰਾਊਂਡ ਦੇ ਵਿੱਚ ਕੋਈ ਪਲੇਅਰ ਨਾ ਪੁੱਜੇ, ਫਿਰ ਮੇਰੀ ਵੀ ਨੂੰ ਇਸੇ ਕਰਕੇ ਆਪਾਂ ਸਾਨੂੰ ਇਹ ਗੱਲ ਕਹਿਣੀ ਪੈਂਦੀ ਵੀ ਕਬੱਡੀ ਵਿੱਚ ਸਿਰਫ ਅਨੁਸ਼ਾਸਨ ਦੀ ਘਾਟ ਹੈ। ਰਾਮਾ ਮੰਡੀ ਦੀ ਟੀਮ ਪਹੁੰਚ ਗਈ, ਰਾਹੂ ਕੀ ਤਰ੍ਹਾਂ ਪਹੁੰਚ ਗਈ ਤਰ੍ਹਾਂ ਪਹੁੰਚ ਜਾਂਦੀ ਹੈ।
ਰਾਮ ਨੇ ਮੰਡੀ ਦੀ ਟੀਮ ਪਹੁੰਚ ਚੁੱਕੀ ਆ ਰਾਮ ਕੀਤਾ ਕਬੱਡੀ ਪਹਿਲੇ ਰਾਊਂਡ ਤੋਂ ਬਾਅਦ ਦੂਜੇ ਰਾਊਂਡ ਦੀਆਂ ਟਾਈਆਂ ਪਾ ਦੇਣੀਆਂ ਤੇ ਪਹਿਲੇ ਰਾਊਂਡ ਤੋਂ ਬਾਅਦ ਸੈਮੀਫਾਈਨਲ ਮੈਚ ਜਿਹੜੇ ਕਰਵਾਏ ਜਾਣੇ ਆ ਮੀਡੀਆ ਵਾਸਤੇ ਮਾਸ਼ੀ ਕੇ ਪਿਆਰੇ ਦੇ ਤਖਤ ਪ੍ਰਾਪਤ ਇਹ ਚਾਰੇ ਟੀਮਾਂ ਜ਼ਰੂਰ ਕਰ ਰਹੇ ਨੇ ਸੈਮੀਫਾਈਨਲ ਮੈਚ ਜਿਹੜੇ ਕਬੱਡੀ 75 ਵਰਗ ਦੇ ਪਹਿਲੇ ਰਾਊਂਡ ਤੋਂ ਬਾਅਦ ਕਰਵਾਏ ਜਾਣੇ ਨੇ ਮੀਡੀਆ ਤੇ ਮਾਸ਼ੀ ਕੇ ਤਖਤ ਪ੍ਰਾਪਤ ਤੇ ਕਹਿਰੇ ਜ਼ਰੂਰੀ ਬੇਨਤੀ ਹੈ ਵੀ ਜਿਹੜੀ ਟੀਮ ਦਾ ਮੈਚ ਆ ਉਹੀ ਦੋ ਟੀਮਾਂ
ਖੇਡ ਕਬੱਡੀ ਗਰਾਊਂਡ ਦੇ ਵਿੱਚ ਐਂਟਰ ਹੋਣਗੇ। ਤੇ ਦੂਸਰੀ ਬੇਨਤੀ ਇਹ ਹੈ ਵੀ ਖਿਡਾਰੀ ਵੀਰ ਆਪਣੀ ਟੀ ਸ਼ਰਟ ਲਾਓ ਖੇਡ ਕਬੱਡੀ ਗਰਾਊਂਡ ਨੂੰ ਇੱਕ ਸਾਈਡ ਤੇ ਰੱਖ ਦੇ ਤਾਂ ਵੱਡਾ ਧੰਨਵਾਦ ਹੋਵੇਗਾ।